ਕਰਕੇ ਪਲੀਜ਼ ਕਦੋਂ ਦਾ ਕਰਤਾ ਮੈਂ ਓਏ ਉਦੋਂ ਦਾ ਕਰਤਾ ਸੱਜੇ ਲਿਆਂਦਾ ਮੈਂ ਇਸ ਗੇਮ 'ਚ ਜਿੱਤਣ ਲਈ ਵੈਗਲ ਜਾਨ ਲਾਦਾ ਸਰਗੁਣ ਕਿਸ ਚੀਜ਼ ਤੋਂ ਅਲਰਜੀਕ ਨੇ ਬਸ ਜਿੱਤ ਗਿਆ ਯਾਰ ਛੱਡ ਪਰੇ ਕਿਸਮਤ ਸਾਡੇ ਤਿੰਨਾਂ ਦੇ ਦਿਲ ਦੇ ਬਹੁਤ ਨੇੜੇ ਆ ਸਾਡੀ ਤਿੰਨਾਂ ਦੀ ਲਾਈਫ ਅਲੱਗ-ਅਲੱਗ ਤਰੀਕੇ ਨਾਲ ਚੇਂਜ ਕੀਤੀ ਸਤਿਕਾਰ ਜੀ ਮੈਂ ਹਾਂ ਸਾਇਰਾ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਤੇ ਇਹ ਹੈ ਸਵੈਗ ਤੇ ਸੁਪਰਸਟਾਰ ਥੋੜੇ ਦਿਨ ਪਹਿਲਾਂ ਮੈਂ ਕਿਤੇ ਪੜਿਆ ਸੀਗਾ ਕਿ ਕਿਸਮਤ ਚੰਗੀ ਜਾਂ ਮਾੜੀ ਨਹੀਂ ਕਿਸਮਤ ਇੱਕ ਜਾਂ ਦੋ ਹੁੰਦੀ ਹੈ ਸੋ ਜੀ ਕਿਸਮਤ ਦੋ ਲੈ ਕੇ ਇੱਕਦਮ ਤਿਆਰ ਨੇ ਐਮੀ ਵਰਗ ਸਰਗੁਣ ਮਹਿਤਾ ਐਂਡ ਜਗਦੀਪ ਸਿੱਧੂ ਸਤਿਕਾਰ ਐਂਡ ਵੈਲਕਮ ਸਤਿਕਾਰ ਜੀ ਸੋ ਟੀਮ ਪਹਿਲੇ ਤੇ ਮੈਨੂੰ ਇਹ ਦੱਸੋ ਸਪੈਸ਼ਲੀ ਸਰਗੁਣ ਤੁਸੀਂ ਟਰੈਵਲ ਕਰਕੇ ਆਏ ਹੋ ਤੁਸੀਂ ਇੱਕਦਮ ਫਰੈਸ਼ ਹੋ ਰੈਡੀ ਹੋ ਬਿਕੋਜ਼ ਇਹ ਜਿਹੜਾ ਸ਼ੋਅ ਹੈ ਨਾ ਸਵੈਗ ਤੇ ਸੁਪਰਸਟਾਰ ਇਹਦੇ ਤੇ ਤੁਸੀਂ ਪਹਿਲੀ ਵਾਰੀ ਆਏ ਹੋ ਐਂਡ ਇਹਦੇ ਵਿੱਚ ਗੇਮਸ ਹੁੰਦੀਆਂ ਨੇ ਫਨ ਹੁੰਦੀ ਹੈ ਐਕਟੀਵਿਟੀਜ਼ ਹੈ ਔਰ ਬਹੁਤ ਸਾਰੀ ਗੱਲਾਂ ਵੀ ਤੁਸੀਂ ਰੈਡੀ ਹੋ ਬਿਲਕੁਲ ਜੀ ਪੂਰੀ ਰੈਡੀ ਹਾਂ ਓਕੇ ਐਮੀ ਤੁਸੀਂ ਵੀ ਇਹਦੇ ਵਿੱਚ ਪਹਿਲੀ ਵਾਰੀ ਆਏ ਹੋ ਸਵੈਗ ਤੇ ਸੁਪਰਸਟਾਰ ਦੇ ਵਿੱਚ ਐਂਡ ਇਹਦੇ ਵਿੱਚ ਤੁਹਾਡੇ ਸਵੈਗ ਦੀ ਗੱਲ ਵੀ ਹੋਏਗੀ ਸਵੈਗ ਦੀ ਜਿਹੜੀ ਗੱਲ ਹੈ ਨਾ ਇਹ ਕੱਪੜਿਆਂ ਨਾਲ ਵੀ ਹੁੰਦੀ ਹੈ ਇਟਸ ਵਿਦ ਐਵਰੀਥਿੰਗ ਯੋਰ ਫੈਸ਼ਨ ਸਟੇਟਮੈਂਟ ਐਂਡ ਆਲ ਆਫ ਦੈਟ ਸੋ ਸਭ ਤੋਂ ਪਹਿਲਾਂ ਇਹਦੇ ਕੀ ਰੂਲਸ ਹੋਣਗੇ ਉਹ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਨੂੰ ਇਹ ਕਹਿਣਾ ਕਿ ਤੁਸੀਂ ਇੱਕ ਇੱਕ ਕਰਕੇ ਸਵੈਗ ਦੀ ਸੌਂ ਖਾਣੀ ਹੈ ਮੈਂ ਤਾਂ ਸਵੈਗ ਦੀ ਸੌਂ ਖਾਂਦੀ ਹਾਂ ਕਿ ਮੈਂ ਇਸ ਗੇਮ 'ਚ ਜਿੱਤਣ ਲਈ ਐਮੀ ਤੇ ਜਗਦੀਪ ਦੇ ਖਿਲਾਫ ਆਪਦੀ ਜਿੱਤੂਗਾ ਤੁਸੀਂ ਦੇਖੋ ਪ੍ਰੋਮੋਸ਼ਨ ਕਰਨ ਲਈ ਐਕਟਰਸ ਕਿੰਨਾ ਕੁਝ ਕਰਦੇ ਨੇ ਤੁਸੀਂ ਠੁਮਕੇ ਮਾਰਨੇ ਐਂਡ ਬਹੁਤ ਹੀ ਈਜ਼ੀ ਜੀ ਗੇਮ ਹੈ ਪਰ ਕੁਝ ਪ੍ਰੌਪਸ ਹੋਣਗੇ ਉਹਨਾਂ ਦੇ ਨਾਲ ਠੁਮਕੇ ਮਾਰਨੇ ਸੋ ਆਈ ਵਿਲ ਰਿਕੁਐਸਟ ਸਾਡੀ ਫਲੋਰ ਟੀਮ ਕਿ ਪਲੀਜ਼ ਜਲਦੀ ਜਲਦੀ ਪ੍ਰੌਪਸ ਲੈ ਕੇ ਆ ਜਾਣ ਐਂਡ ਦੇ ਦੇਣ ਐਮੀ ਸਰਗੁਣ ਐਂਡ ਜੀ ਓਹੋ ਸੋ ਆਫ ਕੋਰਸ ਰੂਲਸ ਤੇ ਪਤਾ ਲੱਗ ਹੀ ਗਏ ਨੇ ਬਾਲਸ ਨੇ ਇਹਦੇ ਵਿੱਚ ਬਾਲਸ ਨੇ 10-10 ਜਿਨੇ ਸਭ ਤੋਂ ਪਹਿਲਾਂ ਸਾਰੀਆਂ ਬਾਲਸ ਬਾਹਰ ਸੁੱਟ ਦਿੱਤੀਆਂ ਸਾਰੀਆਂ ਆਫ ਕੋਰਸ ਫਿਰ ਆਪਾਂ ਅਗਲੇ ਸਾਲ ਤੱਕ ਕਰ ਲਈ ਨਹੀਂ ਯੂ ਵਿਲ ਗੈਟ ਅ ਗਿਫਟ ਹੈਂਪਰ ਫॉर ਦਿਸ ਓਕੇ ਸੋ ਯੂ ਹੈਵ ਟੂ ਓਕੇ ਓਕੇ ਜੀ ਚਲੋ ਸ਼ੁਰੂ ਕਰੀਏ ਆਈ ਐਮ ਇਨ ਦ ਫੁੱਲ ਫਾਰਮ 1 2 3 ਗੋ ਹੋ ਸ਼ੀ ਨੋ ਅਲਮੋ ਜਾ ਨੋ ਜਗਦੀਪ ਯੂ ਕਾਂਟ ਡੂ ਦੈਟ ਓ ਇੱਕ ਮਿੰਟ ਆਈ ਓ ਮੇਰਾ ਫੋਨ ਵੀ ਦੇਖਿਆ ਓਏ ਉਹਨੇ ਤਾਂ ਥੱਲੇ ਹੀ ਕਰ ਲਿਆ ਆ ਤਾਂ ਚੀਟਿੰਗ ਹੈ ਉਹ ਥੱਲੇ ਕਰਕੇ ਗੱਡੀ ਜਾਂਦੀ ਹੈ ਸੌ ਜਣ ਕੇ ਜਾ ਰਹੀ ਗਿਰੀ ਇੱਕ ਮਿੰਟ ਆ ਸ਼ਾਬਾਸ਼ ਦੇ ਵੈਰੀ ਵੈਰੀ ਗੁੱਡ ਸੇਵਾ ਜੀ ਖਲੀ ਹੋ ਗਿਆ ਨੋ ਐਮੀ ਕਮ ਔਨ ਖਤਮ ਹੋ ਗਿਆ ਖਤਮ ਹੋ ਗਿਆ ਰੁੱਤ ਗਿਆ ਮੈਂ ਕਹਤ ਹਾਰ ਗਿਆ ਜੀ ਹਾਰ ਗਿਆ ਮੈਂ ਲੱਕ ਦੇ ਵੱਲ ਨਹੀਂ ਪਾਉਣਾ ਮੇਰਾ ਇੱਕ ਰਹਿ ਗਿਆ ਯਾਰ ਜਗਦੀਪ ਸਿੱਧੂ ਜਾਮ ਹੋ ਗਿਆ ਸੀਗਾ ਰੱਬ ਚੋਈ ਬੋਲ ਜਗਾੜ ਤੁਹਾਡਾ ਨਾਲ ਆ ਖੱਡਾ ਛੋਟਾ ਹੈ ਇਧਰਲੇ ਪਾਸੇ ਮੈਂ ਗੱਲ ਤੁਸੀਂ ਕਹਿ ਰਹੇ ਸੀ ਇਹ ਵਾਲਾ ਵੱਟਾ ਹੈ ਹਨਾ ਆ ਥੱਲੇੋਂ ਥਾਂ ਜ਼ਿਆਦੇ ਹੈ ਉਹ ਦੇਖਿਓ ਉਹ ਜਿੰਨਾ ਘੱਟ ਛੋਟਾ ਹੀ ਕਹਿ ਰਹੇ ਸੀ ਹਾਂ ਵੀ ਉਹ ਜਿੰਨਾ ਥੱਲੇ ਥਾਂ ਘੱਟ ਹੋਊਗਾ ਉਹਨਾਂ ਇਜ਼ੀ ਹੋਊਗਾ ਨਾ ਬਾਰਾਂ ਹੁਣ ਥੱਲੇੋਂ ਥਾਂ ਵੱਡਾ ਕੀ ਹੋ ਗਿਆ ਖੁੱਲ ਗਿਆ ਯੋ ਬ੍ਰਾ ਗੰਡੀ ਬੰਤੀ ਚਲੋ ਗਿੰਨ ਚੁੱਕ ਲਓ ਰਾਈਟ ਵੈਲ ਪਲੇਡ ਸਰਗੁਣ ਤੁਸੀਂ ਸੱਚੀ ਬਹੁਤ ਵਧੀਆ ਖੇਡਿਆ ਜਗਦੀਪ ਨੇ ਥੋੜੀ ਜੀ ਤਾਂ ਉਹਨੇ ਕਹਿਤਾ ਕਹਿੰਦਾ ਤੇਰੀ ਥੱਲੇ ਚੱਲ ਗਈ ਤਾਂ ਕਰਕੇ ਮੈਂ ਉਹਨੂੰ ਔਰ ਉਹਨਾਂ ਨੇ ਚੀਟਿੰਗ ਵੀ ਕੀਤੀ ਡੱਬਾ ਥੱਲੇ ਕਰਕੇ ਤੂੰ ਜਿੱਤ ਗਈ ਸਰਗੁਣ ਮੇਰੇ ਵੱਲੋਂ ਓਕੇ ਇਹ ਥੋੜੀ ਟਫ ਕਾਲ ਹੈ ਬਿਕੋਜ਼ ਸਰਗੁਣ ਨੇ ਸੱਚੀ ਬਹੁਤ ਇਦਾਂ ਉਛਲ ਉਛਲ ਕੇ ਕੋਸ਼ਿਸ਼ ਕੀਤੀ ਆਪਣਾ ਫੋਨ ਵੀ ਥੱਲੇ ਸਿੱਟ ਲਿਆ ਨਹੀਂ ਯਾਰ ਵਿਚਾਰਾ ਜੱਗੀ ਜਿੱਤਿਆ ਆਏ ਨਾ ਕਰੋ ਉਹਨੂੰ ਹੈਂਪਰ ਚ ਕਰੀਮਾ ਚਾਹੀਦੀ ਮੈਂ ਤਾਂ ਦੇਖ ਕੇ ਉਹਨੂੰ ਆਈਡੀਆ ਆਇਆ ਵੀ ਐਂ ਵੀ ਹੋ ਸਕਦਾ ਉਹ ਐਂ ਕਰਕੇ ਚੱਲ ਰਹੀ ਸੀ ਓਕੇ ਸੋ ਦ ਵਿਨਰ ਇਜ਼ ਜਗਦੀਪ ਸਿੱਧੂ ਪਲੀਜ਼ ਹੈਂਪਰ ਲੈ ਆਂਦਾ ਜਾਏ ਪਲੀਜ਼ ਆਇਆ ਤਾਂ ਕੁਕੀਜ਼ ਯਾ ਉਹ ਵਾਲੇ ਨੇ ਨਟੀਜ਼ ਚਲ ਜੋ ਵੀ ਹੈ ਥੈਂਕ ਯੂ ਗੋਡ ਮਾਈ ਗੋਡ ਮੇਰੇ ਮੈਚਿੰਗ ਦਾ ਸੀ ਇਹ ਮੇਰੇ ਕੋਲ ਹੀ ਆਉਣਾ ਆਲ ਰਾਈਟ ਸੋ ਵੈਲ ਪਲੇਡ ਔਰ ਹੋਰ ਵੀ ਬਹੁਤ ਸਾਰੇ ਗੇਮਸ ਨੇ ਵੀ ਗੋਇੰ ਟੂ ਪਲੇ ਦੈਟ
ਪਰ ਉਸ ਤੋਂ ਪਹਿਲਾਂ ਕਿਸਮਤ 2 ਦੇ ਬਾਰੇ ਵੀ ਥੋੜੀ ਬਹੁਤ ਗੱਲਬਾਤ ਅਸੀਂ ਨਾਲ ਨਾਲ ਕਰਦੇ ਰਹੀਏ। ਜਗਦੀਪ, ਤੁਹਾਡੀ ਸ਼ਿਕਾਇਤ ਹੈ ਕਿ ਇਹ ਦੋਵੇਂ ਡਾਇਰੈਕਟਰ ਨੇ ਤੇ ਤੁਸੀਂ ਛੋਲੇ ਖਾਨ ਨੂੰ ਰੱਖਿਓ, ਕਿਉਂ? ਨਹੀਂ ਉਹ ਤਾਂ ਜੀ ਉਹ ਪ੍ਰੋਮੋਸ਼ਨਲ ਸਟ੍ਰੈਟੇਜੀ ਸੀ ਸਾਡੀ। ਤੁਸੀਂ ਐਕਚੁਅਲੀ ਛੋਲੇ ਖਾ ਰਹੇ ਸੀ ਨਾ ਉਹ ਫੋਟੋ 'ਚ? ਹਾਂਜੀ। ਅੱਛਾ, ਸੋ ਕਿਉਂ ਕਿਹਾ ਤੁਸੀਂ ਇਦਾਂ? ਉਹ ਤਾਂ ਪ੍ਰੋਮੋਸ਼ਨਲ ਵਾਸਤੇ, ਕਿਉਂਕਿ ਇਹਨਾਂ ਦੋਨਾਂ ਦੇ ਰਿਵਿਊ ਆ ਗਏ ਸੀ, ਮੈਂ ਦੋਨਾਂ ਨੂੰ ਟ੍ਰੇਲਰ ਭੇਜਿਆ ਸੀਗਾ, ਤਾਂ ਮੈਨੂੰ ਸੀਗਾ ਕਿ ਥੋੜੀ ਜਿਹੀ ਇੱਕ ਐਕਸਾਈਟਮੈਂਟ ਬਣ ਜਾਂਦੀ ਹੈ। ਓਕੇ, ਸੋ ਸਰਗੁਣ, ਤੁਹਾਨੂੰ ਟ੍ਰੇਲਰ ਕਿਵੇਂ ਦਾ ਲੱਗਾ? मैं दस दी हूँ लगा कि लाइब्रेरी वाले शॉर्ट्स बहुत बार रिपीट हुए ने। वो चेंज करा दे। देख लो डायरेक्टर कौन है? सुनी जाती है। नहीं नहीं यार, मैंने ना आपकी फिल्म का बिल्कुल ही नहीं पता लगता। मैं देख के ट्रेलर पर सारे पूछते किमें लग गया। उन्हें मैंने पूछा कि किमें लगे ट्रेलर, मैं वापस उन्होंने पूछा, मैं क्या किमें लग गया तेन, मैं पता नहीं लगता। बट आई थिंक कि ही इज डन अ ब्रिलियंट जॉब, क्योंकि बहुत कुछ छुपाना और बहुत कुछ दिखाना सी, तो एंड ही इज डन अ ब्रिलियंट जॉब विद द ट्रेलर। एमी, बहुत वधिया जी, ओके रिपोर्ट है, वधिया लगा। हां वधिया लगा, पहला नहीं मैंने समझ आया, पहले तो निकने रात में से बैठे थे ते उदन सिर तो लंगा, मैं तेनु कैसे लगा? कहंदा वधिया मां बरपदी हो। फिर मैं दोबारा देखा एक दोबारा, फिर मैं वधिया लगा जी, बहुत कैंट लगा, कल आया ना सारा। ओके ओके, वैसे सरगुण तू चल मैं आई, ये सुन के तुम्हारे दिमाग दे विच की इमेज बन गई, की चीज हो सकती है लड़ाई दी? तू चल मैं आई, मैं किधर पहुंच के आपकी फिल्म का पोस्टर ना के वो ना कह दी, कल नाम पाया ना तुसी, निगाह मारना आई। ओके, सो मैं दस देनी हां, इधर करते पहले प्रॉप्स मंगा लेने एंड देन वी विल सी की है। सो फ्लो टीम लाओ जी। सो करना इदा है कि जिहड़ा अड रंग दा ग्लास है ना, उन्हें सब तो उत्ते लेके आना है, बट ऑफ कोर्स उन्हें सीधा उपर नहीं लगा सकते आप, सो इनू आप उपरों स्टैक करना, थले शुरू करना, उपर वाला ग्लास थले, उतो थले, दैन एक एक करके स्टैक करना, जो सब तो तेज दूसरे कलर दे ग्लास नु उपर लेके आएगा वो विनर है। मसे भैया निकल ही नहीं रहे। ना ना आ जगदीप, तुसी पहले नहीं कर सकदे, चीटिंग करदा है। ओए चीटिंग 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 नहीं, आ ग्लास निकल ही नहीं रहा, जोर ला कड्डी आ निकल गया, यही तो जोर लाउणा डॉक्टर साहब, वो पहले सारे खोल ले, नहीं खोले। ओके सो रेडी, मतलब उत्तों इनु थल्ले पाके ਇਹਨੂੰ ਕੀ ਕਰਨਾ ਹੈ? ਐਮੀ ਸਿੱਧਾ ਫੜੋ ਇਹਨੂੰ ਪਹਿਲੇ, ਹਾਂਜੀ ਕਰਕੇ ਨੀਲੇ ਵਾਲੇ ਨੂੰ ਥੱਲੇ ਲਾਓ। ਅੱਛਾ ਇਹਦੇ ਥੱਲੇ ਲਈ ਜਾਣਾ, ਓਕੇ। ਉੱਪਰ ਵਾਲਾ ਰੈੱਡ ਲਾਉਣਾ ਹੈ, ਦੋ ਦੋ ਤਿੰਨ ਤਿੰਨ ਰੈੱਡ ਨੂੰ ਇੱਥੇ ਲੈ ਕੇ ਆਉਣਾ, ਰੈੱਡ ਨੂੰ ਇਹਦੀ ਜਗ੍ਹਾ ਫਸਟ ਤੇ ਲੈ ਕੇ ਆਉਣਾ, ਰਾਈਟ ਰਾਈਟ ਰਾਈਟ। ਓਕੇ ਰੈਡੀ, 1 2 3 ਗੋ, ਇੱਕ ਇੱਕ ਕਰਕੇ, ਇੱਕ ਇੱਕ ਕਰਕੇ ਪਲੀਜ਼। ਕਮ ਔਨ ਸਰਗੁਣ, ਕਮ ਔਨ, ਐਮੀ ਐਮੀ ਹੋ ਗਿਆ, ਕਦੋਂ ਦਾ ਕਰਤਾ ਲੈ लोग देख रहे, लोग कहेंगे गलत बंदे नूं, कोई नहीं देख लांगे, उधर मिलजे चेक कर लांगे रीप्ले। आई थिंक एमी सरगुण, तुसी कॉल लो, चलो जिन्नू तुसी कहोगे ओदा है सरगुण, अपना ना कह दे, नहीं चलो एमी 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 एमी, वैसे एमी ने देखा सी सब तो पहला, सी मेहरबानी शुक्रिया, ओले टीम ने कोई देख ही नहीं रहा, देख ही नहीं रहा सी एमी, वो अजे आई है कि कहंदे मैं ओदन देखी आवा, मैं कह एमी नहीं, एमी फिर देखने वाली चीज सारे ओने देख रहे हो। चलो ऑलराइट, सो एमी फिर के विनर, गिफ्ट लाओ जल्दी जल्दी, थैंक यू एमी, हियर यू गो। All right, thank you so much. Okay, ਹੁਣ ਇਹ ਦੱਸੋ ਤੁਸੀਂ ਤਿੰਨੋਂ ਵਾਰੀ ਵਾਰੀ ਕਿ ਤੁਸੀਂ ਕਦੀ ਜਿਹੜੇ ਫੁੱਲ ਹੁੰਦਾ ਹੈ ਉਹਦੀ ਪੱਤੀਆਂ ਤੋੜ ਕੇ ਕਦੀ ਨਿੱਕੇ ਹੁੰਦੇ ਕੀਤਾ ਹੈ ਕਿ ਹੀ ਲਵਸ ਮੀ ਨਾਟ, ਆਪਣੀ ਕਿਸਮਤ ਅਜ਼ਮਾਈ ਇਦਾਂ ਕਰਕੇ? ਅੱਛਾ ਆਹ ਮੈਂ ਤਾਂ ਨਹੀਂ ਕਰਿਆ, ਨਹੀਂ ਨਹੀਂ, ਸਾਡੇ ਫੜ ਪਿੰਡਾਂ ਨਹੀਂ ਖੇਡਦਾ ਜੀ, ਉਹ ਹਾਂ ਨਾ ਵੀ ਨਹੀਂ ਕੀਤਾ ਵੀ, ਨਹੀਂ ਸਾਡੇ ਪਿੰਡਾਂ ਨੇ ਖੇਡਦੇ ਨਹੀਂ ਫੁੱਲ ਵਾਲੇ, ਸਾਡੇ ਹੁੰਦੇ ਨਹੀਂ ਫੁੱਲ ਬਹੁਤੇ ਜੀ, ਕਣਕ ਦੇ ਛਿੱਟੇ ਹੋ ਰਹੇ ਜੀ ਜਾਂਦੇ ਸਾਡੇ ਕਿਤੇ, ਉਹਦੇ ਨਾਲ ਕੀਤਾ ਤੁਸੀਂ? ਨਹੀਂ ਜੀ ਨਹੀਂ। ਸਰਗੁਣ, ਹਾਂ ਮੈਂ ਤਾਂ ਕੀਤਾ ਹੈ ਨਾ, ਆਈ ਥਿੰਕ ਗਰਲਸ ਡੂ ਦੈਟ, ਹਾਂ ਤੇ ਇਹਨੇ ਤਾਂ ਨਹੀਂ, ਮੈਂ ਨਹੀਂ ਕੀਤਾ, ਮੈਂ ਫੁੱਲ ਨਹੀਂ ਤੋੜਦਾ, ਹੁਣ ਮੈਂ ਤੈਨੂੰ ਕਹਿਤਾ ਕਿ ਚਾਰ ਵਾਰੀ ਕੀਤਾ, ਉਹ ਮੈਂ ਸੱਚੀ ਨਹੀਂ ਤੋੜਦਾ, ਇਹ ਈਕੋ ਫ੍ਰੈਂਡਲੀ ਆਨਸਰ ਦੇਣੇ ਜ਼ਰੂਰੀ ਨਹੀਂ ਹੈ ਕਿ ਮੈਂ ਫੁੱਲ ਨਹੀਂ ਤੋੜਦਾ, ਜੈਨੂਅਲੀ ਨੇਚਰ ਨੂੰ ਪਿਆਰ ਕਰਦਾ, ਫੈਕਟ ਹੈ, ਮੈਂ ਝੂਠ ਨਹੀਂ ਬੋਲਦਾ, ਸੱਚੀ ਗੱਲ ਹੈ, ਸਾਡੇ ਸਾਰਿਆਂ ਨੂੰ ਵੱਧ ਕਰਦਾ, ਇਹ ਤੁਸੀਂ ਮੇਰੀ ਕਿਸੇ ਫਿਲਮ 'ਚ ਵੀ ਦੇਖੋਗੇ, ਸਭ ਤੋਂ ਵੱਧ ਕਰਦਾ ਆਉਣ ਵਾਲੀ ਫਿਲਮ 'ਚ, ਕਰ ਲੈ ਪ੍ਰੋਮੋਸ਼ਨ ਲਈ, ਇਹ ਫੁੱਲ ਵਾਲੀ ਫੁੱਲਾਂ ਦੀ ਗੱਲ ਕੀਤੀ, ਉਹ 'ਚ ਬਹੁਤ ਨੇ ਬਗੀਚੇ ਵਿੱਚ ਰੱਖਿਆ, ਉਹਦੇ 'ਚ
ओके अच्छा ਤੁਸੀਂ ਉਹ ਲਿਖੀ ਤੇ ਪਾਸ ਫੇਲ ਪੱਬੂ ਉਹ ਕਿਸਮਤ ਚੈੱਕ ਕਰਨ ਲਈ ਮੈਨੂੰ ਜਦੋਂ ਆਪਾਂ ਨਿੱਕੇ ਹੁੰਦੇ ਸੀ ਉਹ ਲੱਗੇ ਕਰੇ ਹੋਣਗੇ ਜਿਹੜਾ ਉਹ ਪੱਬੂ ਨਹੀਂ ਹੁੰਦਾ ਉਹ ਦੂਜਾ ਹੁੰਦਾ ਲੇਡੀ ਬੱਗ ਕਹਿੰਦੇ ਹੁੰਦੇ ਹਾਂ ਹਾਂ ਓਕੇ ਓਕੇ ਪਾਸ ਫੇਲ ਕੀ ਪਾਸ ਹੋਵਾਂਗੇ ਕੀ ਫੇਲ ਹੋਵਾਂਗੇ ਹਾਂ ਇਹ ਸਰ ਉਹ ਮੈਂ ਨਹੀਂ ਕੀਤਾ ਉਹ ਤੁਸੀਂ ਨਹੀਂ ਕੀਤਾ ਉਹ ਸਾਡੇ ਅਸੀਂ ਪੱਬੂ ਵਾਲੇ ਆਏ ਬੁੱਲਾ ਲੈ ਕੇ ਹਾਂਜੀ ਅੱਛਾ ਉਹਦਾ ਕਦੀ ਸਹੀ ਰਿਜ਼ਲਟ ਮਿਲੇ ਕਿ ਹਾਂ ਉੱਡ ਗਿਆ ਪਾਸ ਹੋ ਗਏ ਤੇ ਹੋਏ ਅਸਲ ਜੀ ਪਾਸ ਨਹੀਂ ਤੇ ਨਹੀਂ ਖੇਡੇ ਆ ਜੀ ਉਹ ਖੇਡੀ ਹੁੰਦੀ ਸੀਗੀ ਉਹ ਤਾਂ ਰਿਜ਼ਲਟ ਤੱਕ ਤਾਂ ਭੁੱਲ ਜਾਂਦੇ ਹੁੰਦੇ ਸੀ ਵੀ ਕੀ ਕਰਿਆ ਪਿੱਛੇ ਵੀ ਉਹ ਉੱਡਿਆ ਸੀ ਕਿ ਨਹੀਂ ਉੱਡਿਆ ਇੱਕ ਵਾਰੀ ਉਹ ਨਹੀਂ ਬੁਲਾਉਂਦੇ ਭੂਤ ਹਾਂ ਉਹਦੇ ਨਾਲ ਰਿਜ਼ਲਟ ਦੇਖੇ ਕੀ ਕੀ ਮਿਲਾਉਂਦੇ ਕੀ ਪਲੇਨ ਚਿਟ ਕੀ ਕਹਿੰਦੇ ਉਹਨੂੰ ਉਹ ਇਹਨੂੰ ਪਤਾ ਹੋਊਗਾ ਉਹ ਜਿਹੜੀ ਕੋਇਨ ਤੇ ਕਰਦੇ ਹੁੰਦੇ ਕੀ ਕਹਿੰਦੇ ਕੀ ਹੁੰਦਾ ਚਲੋ ਰਿਪੋਰਟ ਸੱਦੇ ਅਸੀਂ ਪੁੱਛਣ ਲਈ ਕਿ ਪਾਸ ਹੋਣਗੇ ਕਿ ਫੇਲ ਪਾਸ ਕਹਿੰਦੇ ਹੁੰਦੇ ਕਿ ਅਸੀਂ ਪਾਸ ਹੋ ਜਾਊਗਾ ਉਹ ਦੈਟ ਬੋਰਡ ਹਾਂ ਉਸ ਕੋਇਨ ਤੇ ਉਂਗਲ ਰੱਖ ਕੇ ਜਿਹੜਾ ਕੀ ਕਹਿੰਦੇ ਉਹਨੂੰ ਬਲੈਂਕ ਚਿਟ ਬਲੈਂਕ ਚਿਟ ਅੱਛਾ ਤੂੰ ਭੂਤ ਬਣਾ ਸੀ ਤੁਸੀਂ ਉਹ ਬਲਾਉਂਦੇ ਤਾਂ ਆਪ ਦੋਨੇ ਆਪ ਹੀ ਖਿਸਕਾਉਂਦੇ ਬੰਦੇ ਨੂੰ ਲੱਗਦਾ ਕਿ ਭੂਤ ਆ ਗਿਆ ਆਈ ਫਿਲਮ ਚ ਵੀ ਐਂ ਕਰਦਾ ਹੈ ਭੂਤਾਂ ਸਾਥ ਸਾਥ ਪੁੱਛਦਾ ਵੀ ਚੱਲੂ ਕਿ ਨਾ ਅੱਛਾ ਐਮੀ ਤੁਸੀਂ ਲਾਸਟ ਜਦੋਂ ਕਿਸਮਤ ਪ੍ਰਮੋਟ ਕਰਨ ਆਏ ਸੀ ਨਾ ਤੇ ਤੁਸੀਂ ਇੱਕ ਗੱਲ ਦੱਸੀ ਸੀ ਕਿ ਜਗਦੀਪ ਸਿੱਧੂ ਸਾਨੂੰ ਸਵੇਰੇ ਸਵੇਰੇ ਕਾਲ ਟਾਈਮ ਦੇ ਕੇ ਬੁਲਾ ਲੈਂਦੇ ਨੇ ਉਹਦੇ ਬਾਅਦ ਜਿਹੜਾ ਕੈਮਰਾ ਰੋਲ ਹੈ ਉਹ ਫਿਰ ਜਾ ਕੇ 9-10 ਵਜੇ ਹੁੰਦਾ ਹੈ ਓਨੀ ਦੇਰ ਸਿਰਫ ਜਗਦੀਪ ਸਿੱਧੂ ਸਾਨੂੰ ਕਹਾਣੀਆਂ ਸੁਣਾਉਂਦੇ ਨੇ ਵੱਖਰੇ ਵੱਖਰੇ ਟੌਪਿਕਸ ਤੇ ਗੱਲਾਂ ਕਰਦੇ ਨੇ ਔਰ ਅਸੀਂ ਜਾ ਕੇ 3 ਵਜੇ ਮਸਾ ਸੁੱਤੇ ਹੀ ਹੁੰਨੇ ਆ 6 ਵਜੇ ਉਠਾ ਲੈਂਦੇ ਆ ਫਿਰ ਤੋਂ ਨਹੀਂ ਐਤਕੀ ਸਾਡਾ ਜਿਹੜਾ ਫਰਸਟ ਸਕੇਜੂਲ ਸੀਗਾ ਇੰਡੀਆ ਵਾਲਾ ਉਹ ਸਾਡਾ ਪੂਰੇ ਐਂਡ ਜਿੰਦੀ ਸਵੇਰੇ 6 6:30 7 ਵਜੇ ਆਪਣਾ ਸ਼ੁਰੂ ਹੁੰਦਾ ਰਿਹਾ ਜਿਹੜਾ ਫਰਸਟ ਸਕੇਜੂਲ ਸੀ ਯੂਕੇ ਜਾ ਕੇ ਫਿਰ ਅਸੀਂ ਨਿਸਲ ਹੋ ਗਏ ਉੱਥੇ ਥੋੜਾ ਕੰਮ ਘੱਟ ਸੀਗਾ ਜੀ ਉੱਥੇ ਤਾਂ 11 ਵਜੇ 12 ਵਜੇ ਐਂ ਆਰਾਮ ਨਾਲ ਸ਼ੁਰੂ ਕਰਦੇ ਕਿਉਂਕਿ ਦਿਨ ਵੱਡੇ ਸੀਗੇ ਉੱਥੇ ਰਾਤ ਨੂੰ 8:30 ਵਜੇ ਨੇਰਾ ਪੈਂਦਾ ਸੀ ਉੱਥੇ ਚਿਲ ਸੀਗਾ ਜਮਾ ਮੂਡ ਸੀ ਉੱਥੇ ਮਤਲਬ ਇੱਕ ਸਭ ਤੋਂ ਵੱਡੀ ਪੋਜ਼ਿਟਿਵਿਟੀ ਇਹ ਸੀਗੀ ਜਿੱਥੇ ਅਸੀਂ ਰਹਿ ਰਹੇ ਸੀ ਅਸੀਂ ਸ਼ੂਟ ਵੀ ਉੱਥੇ ਕਰ ਰਹੇ ਸੀਗੇ ਮਤਲਬ ਜਿਹੜਾ ਖੇਤਾਂ ਦੇ ਵਿੱਚ ਭੇਡਾਂ ਬੱਕਰੀਆਂ 'ਚ ਉੱਥੇ ਰਹਿ ਰਹੇ ਸੀ ਅਸੀਂ ਤੇ ਉੱਥੇ ਸ਼ੂਟ ਕਰਦੇ ਸੀ ਤੇ ਜਿਹੜਾ ਅਸੀਂ ਉੱਥੇ ਹਸਪੀਟਲ ਵਗੈਰਾ ਵਾਲਾ ਜਿਹੜਾ ਸੀ ਸ਼ੂਟ ਕੀਤਾ ਉਹ ਵੀ ਅਸੀਂ ਉੱਥੇ ਰਹਿ ਰਹੇ ਸੀ ਸੋ ਈਜ਼ੀ ਸੀ ਸਾਡੀ ਚੀਜ਼ਾਂ ਬਹੁਤ ਅੱਜ ਕੀ ਕਹਾਣੀਆਂ ਵੀ ਨਾਲ ਨਾਲ ਚੱਲਦੀਆਂ ਸੀ ਪਰ ਕਹਾਣੀਆਂ ਜਗਦੀਪ ਸਿੱਧੂ ਦੀ ਕਹਾਣੀਆਂ ਦਾ ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਲੈਣਾ ਦੇਣਾ ਨਹੀਂ ਅਸੀਂ ਸ਼ੂਟ ਬੰਦ ਕਰਕੇ ਵੀ ਕਰ ਸਕਦੇ ਹੁੰਦੇ ਆ ਉਹ ਮਤਲਬ ਜਿਵੇਂ ਉਹ ਉੱਠ ਗਿਆ ਉਦੋਂ ਹੀ ਸ਼ੁਰੂ ਹੋ ਸਕਦੀ ਹੈ ਤੇ ਜਦੋਂ ਤੱਕ ਤੁਸੀਂ ਸੋਵੋ ਨਾ ਉਹ ਬੋਲਦਾ ਰਹਿ ਸਕਦਾ ਹੈ ਤੁਸੀਂ ਬਸ ਉਹਨੂੰ ਕੋਈ ਟੌਪਿਕ ਦਿਓ ਜਿਵੇਂ ਪੈਨਸਿਲ ਹਾਂ ਆ ਰੰਗ ਚੈੱਕ ਹਾਂ ਚੈੱਕ ਬੋਲ ਇਹਨੇ ਦੇਖ ਲਓ ਸੇਮ ਗੱਲ ਚੇਂਜ ਨਹੀਂ ਕੀਤੀ ਪਿਛਲੀ ਵਾਰੀ ਵੀ ਇਹਨੇ ਬੋਲਿਆ ਸੀ ਪੈਨ ਪਿਛਲੀ ਵਾਰ ਵੀ ਤੁਸੀਂ ਕਹੀ ਸੀ ਪਰ ਇਹ ਸਾਰੀ ਗੱਲ ਇਹਨਾਂ ਨੇ ਤੁਹਾਡੀ ਐਬਸੈਂਸ ਚ ਕਹੀ ਸੋ ਤੁਸੀਂ ਨਹੀਂ ਸੀ ਹੈਗੇ ਮੈਂ ਦੇਖਿਆ ਸੀ ਐਮੀ ਨੇ ਵਾਲੀ ਜਿਹੜੀ ਸ਼ਿਕਾਇਤ ਕੀਤੀ ਸੀ ਅੱਜ ਉਹਨਾਂ ਨੇ ਸਾਹਮਣੇ ਕਹਿ ਦਿੱਤਾ ਪਰ ਹੁਣ ਤੁਸੀਂ ਆਈ ਥਿੰਕ ਬਿਕਾਜ਼ ਕਾਫੀ ਲੰਬੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਇਕੱਠੇ ਹੁਣ ਤਾਂ ਤੁਸੀਂ ਐਡਜਸਟ ਹੀ ਹੋ ਗਏ ਹੋ ਕਿ ਅਸੀਂ ਸਾਰਾ ਦਿਨ ਕਹਾਣੀਆਂ ਹੀ ਸੁਣੀਆਂ ਜਗਦੀਪ ਨਹੀਂ ਲੜਪੇ ਹੀ ਵਿੱਚ ਕਿਉਂ ਬਹੁਤ ਲੜਦੇ ਬਹੁਤ ਲੜਦੇ ਹਾਂ ਹੁਣੇ ਰਾਜਨਾਮਾ ਹੋਇਆ ਸਾਡਾ ਦੋ ਹਫ਼ਤਾ ਦਾ ਹਫ਼ਤੇ ਨਹੀਂ ਹੋਇਆ ਆਪਾਂ ਬਸ ਲੈਟਰ ਨਹੀਂ ਸਾਈਨ ਕੀਤਾ ਤਲਾਕ ਹੋ ਗਿਆ ਜੀ ਸਾਡੇ ਸਾਰਿਆਂ ਦਾ ਚੁਗਲੀਆਂ ਬਹੁਤ ਕਰਦੇ ਨੇ ਮੈਂ ਇਹਦੀਆਂ ਉਹਦੀਆਂ ਇਹਦੇ ਕੋ ਕਰਦਾ ਇਹ ਉਹਦੀਆਂ ਉਹ ਮੇਰੇ ਕੋ ਕਰਦੀ ਐਂ ਚੱਲਦਾ ਤਿੰਨਾਂ ਦਾ ਹੀ ਪੂਰਾ ਚੱਲਦਾ ਬਸ ਜੇ ਤਿੰਨਾਂ ਦਾ ਤਾਂ ਹੀ ਬਚਾਇਆ ਦੋ ਹੁੰਦੇ ਲੜ ਪੈਂਦੇ ਤਿੰਨ ਕਰਕੇ ਪ੍ਰੈਮ ਹੋ ਜਾਂਦਾ ਸਭ ਦਾ ਇੱਕ ਇੱਕ ਕਹਿ ਦਿੰਦਾ ਕਿ ਚਲੋ ਨਹੀਂ ਨਹੀਂ ਐ ਨਹੀਂ ਸਾਰਿਆਂ ਦਾ ਹੁੰਦਾ ਨਾ ਵੀ ਜਦੋਂ ਉਹਦੇ ਕੋਲ ਗੱਲ ਕਰਕੇ ਫਿਰ ਤੀਜਾ ਇੱਕ ਵਿੱਚ ਪੈ ਕੇ ਸਹੀ ਕਰਾਉਂਦਾ ਹਾਂ ਓਕੇ ਜਗਦੀਪ ਵੈਸੇ ਰੀਅਲ ਲਾਈਫ 'ਚ ਜ਼ਿਆਦਾ ਚੁਗਲਖੋਰ ਕੌਣ ਹੈ ਇਹਨਾਂ ਦੋਨਾਂ 'ਚੋਂ ਤੁਸੀਂ ਆਪਣੇ ਆਪ ਨੂੰ ਵੀ ਕਾਊਂਟ ਕਰ ਸਕਦੇ ਹੋ ਐਮੀ ਦੁਨੀਆ ਦਾ ਕੋਈ ਛੋਟਾ ਕੀੜਾ ਵੀ ਜਿਹੜਾ ਪੰਜਾਬੀ ਇੰਡਸਟਰੀ ਵਿੱਚ ਚੱਲ ਰਿਹਾ ਹੋਵੇ ਨਾ ਚੀਟੀ ਵੀ ਜਿਹੜੀ ਆਉਂਦੀ ਆ ਉਹ ਵੀ ਕੀਦੀ ਫਿਲਮ ਦੀ ਸਕ੍ਰਿਪਟ ਸਾਨੂੰ ਸਾਡੀ ਨਹੀਂ ਪਤਾ ਹੁੰਦੀ ਇਹਨੂੰ ਤੀਜੇ ਥਾਂ ਖਰੇ ਉਹ ਫਿਲਮ ਚੱਲਣੀ ਕਿ ਨਹੀਂ ਉਹਦੀ ਸਕ੍ਰਿਪਟ ਯਾਦ ਹੁੰਦੀ ਪਤਾ ਨਹੀਂ ਕਿੱਥੋਂ ਪੜ੍ਹੀ ਇਹਨੇ ਸੁਣੀ ਉਹ ਵੀ ਛੱਡੋ ਯੂਕੇ 'ਚ ਜਿੰਨਾ ਬੰਦਾ ਜਗਦੀਪ ਸਿੱਧੂ ਨੂੰ ਮਿਲਣ ਆਇਆ ਨਾ ਉਹਨਾਂ ਬੰਦਾ ਤਾਂ ਪਤਾ ਨਹੀਂ ਸ਼ਾਇਦ ਬੋਰਿਸ ਜੌਨਸਨ ਨੂੰ ਹੀ ਨਾ ਮਿਲਣ ਆਉਂਦਾ ਹੋਵੇ ਓ ਮਾਈ ਗੋਡ ਜਗਦੀਪ ਤੁਹਾਡੇ ਸੋਰਸਸ ਕੀ ਨੇ ਦੁਨੀਆ ਨਹੀਂ ਕੁਝ ਤਾਂ ਸਪੈਸ਼ਲ ਹੋਗਾ ਦੁਨੀਆ 'ਚ ਤਾਂ ਸਰਗੁਣ ਵੀ ਹੈ ਐਮੀ ਵੀ ਹੈ ਹੋਰ ਕੀ ਮੈਂ ਤਾਂ ਸੋਰਸ ਹੈ ਹੀ ਨਹੀਂ ਨਹੀਂ ਸੋਰਸ ਨਹੀਂ ਹੈ ਐਕਚੁਅਲੀ ਮੇਰੀ ਜ਼ਿਆਦਾ ਲੋਕਾਂ ਨਾਲ ਉੱਠਣੀ ਪੈਣੀ ਹੈ ਤੋਂ ਹਰ ਗਰੁੱਪ ਨਾਲ ਜ਼ਿਆਦਾ ਮਤਲਬ ਸਾਰਿਆਂ ਨਾਲ ਉੱਠਣੀ ਪੈਣੀ ਤੋਂ ਹਰ ਕਿਤੋਂ ਨਾ ਕਿਤੋਂ ਹਰ ਪ੍ਰੋਜੈਕਟ ਦਾ ਪਤਾ ਰਹਿੰਦਾ ਹੀ ਹੈ ਕੌਣ ਕੀ ਕਰ ਰਿਹਾ ਓਕੇ ਓਕੇ ਅੱਗੇ ਚੱਲਦੇ ਆ ਅੱਛਾ ਕਿਸਮਤ ਦੇ ਬਾਰੇ ਹੁਣੇ ਤੁਸੀਂ ਹਸਪੀਟਲ ਦਾ ਜ਼ਿਕਰ ਫੇਰ ਤੋਂ ਕਰ ਦਿੱਤਾ ਹੈ ਹਸਪੀਟਲ ਨਾ ਮੈਨੇ ਬੋਲਿਆ ਹੁਣੇ ਸੁਣਿਆ ਮੈਂ ਬੰਦ ਦੀ ਗੱਲ ਕਰੀ
वेरी गुड। अच्छा हम पढ़ देना पाओ पर अच्छा जेन्युइनली दसो रुवाओगे इस बारी फिर जी बाकायदा। हां जी बाकायदा लेके जाइए सारे जाने टिश्यू पेपर्स लेके जाओ तौलिए तौलिए लेके जान रोल नहीं तैयार रहो किस्मत टू आ रही है जी। एंड गाइस हुन एक और गेम खेल लिए जी एंड हुन कौन जीतेगा मैं ट्राई कर दी ट्राई मेरी बारी। तो मैं दस दें जी आप करना इदा है कि जगदीप सरगुन एंड एमी क्योंकि इन्ने टाइम तो तुम इकट्ठे काम कर रहे हो ये ट्रायो सुपर हिट ट्रायो है सो नाउ वील टेस्ट के ट्रायो एक दूसरे को किन्ना जानता है राइट तुम सारे एक दूसरे को किन्ना जानते हो। वील स्टार्ट विद सरगुन मतलब कि सरगुन अपना आंसर लिखेंगे जो उन्होंने बारे है एंड असं देखेंगे तुहाडे दोनों का मैच होंगे है कि नहीं। चीटिंग इज प्रोहिबिटेड वो गेम जो आउट हो जाएगा जो बिल्कुल थोड़ी जी भी चीटिंग करेगा एमी ठीक है। तो शुरू कर दिया सरगुन इट्स अबाउट यू पहला ओके सरगुन किस चीज तो एलर्जिक ने असि लिखना मतलब लिखना जी लिखना जो उस तुम्हारे नाल मैच की अरे सरगुन इज ऑलरेडी रिटन चलो जग्गी जग्गी ने भी लिख लिया मैं भी लिख लिया यार तो पता ही है मैं भी लिखता हूं एलर्जी का मैंने नफरत किस चीज मैं अच्छा नफरत और के एलर्जी के मग रे खान पे तो खान पीन सोची है ना अब ऐसा ही होता नहीं पर सरगुन तू सी हिंट्स क्यों दे रहे हो यू वांट टू विन ना नहीं मैनु आ हुन नफरत इने कहा तू हुन खान पे कंफ्यूज करता जट नु जो मर्जी ले ना लिख लग गया अड़दा यार नहीं नहीं खान पीन की केड़ी ओके जगदीप इज डन बस जित गया ठंड परे कुछ छोटा जाबे कुछ फिर और दस दे कान च दस दे छोटी जी चीज है कोई यार तो सरेआम में पहला गेम है छोटा शब्द है कोई नहीं लगता था क्या नहीं मिली मैंने पता तो हो सकता है ना लिखो तो सही है आ क्या यार टी अंपायर है टी नहीं नहीं मेनू इन तो चाह नहीं पींदे ना तो मेनू पता है हां ते कुछ छोटा सी गई नहीं वो लिखवा हो मैं लेता पढ़ के लिखवा दे टी लेता यार हां जा जा टी ना जित गया मैं टी लिया मैं टी लिया तो क्या लगा यार मैं जित गया यार एडा का नहीं मैंने नफरत किया तो मैंने और चीज के मैं तो बंदे ਨਾਲ ਲਗ ਲਗਾ ਗਿਆ ਦਾ आई विश लिख ਦਿੰਦੇ ਤੁਸੀਂ ਆ ਜੇ ਆ ਸਾਡੇ ਦੇ ਕੁਐਸਚਨ ਆ ਗਿਆ ਫੇਰ ਕੀ ਬਣੂ सरगुन दी फेवरेट डेस्टिनेशन हॉलीडे डेस्टिनेशन जिथे जाना चाहती है सरगुन या जा चुकी है सरगुन जी जगह सरगुन को चंगी लगती है सरगुन छोटा है एमी एमी छोटा है हां छोटा है छोटा जा गोवा गोवा पर ये कोई हिंट छोटा जा यूएसए लंदन मरे मरे किससे दा भी एमी छेदी लंदन लिखता सारे टब्बर दे ब्याह गोवा कर ले लंदन नु इनु दस मैं लंदन लेके जावा सारे दे ब्याह ले हुन सरगुन दी अपनी फेवरेट फिल्म जेडी मेनू लादे मैं तो आपदी लिखूंगा ਪਰ ਇਹਦੀ ਚੇਂਜ ਹੋ ਜੂਗੀ ਇਹਦੀ ਗਾਂ ਹੁਣ ਸੌਂਕਣ ਸੌਂਕਣ ਹੋਊਗੀ ਮੈਨੂੰ ਪਤਾ ਸਰਗੁਣ ਤੁਸੀਂ ਦੇਖ ਰਹੇ ਹੋ ਡੋਂਟ ਮੈਂ ਗਾਂ ਹੈ ਦੀ ਸਰਗੁਣ ਤੁਸੀਂ ਦੇਖਿਆ ਹੈ ਨੂੰ ਨਹੀਂ ਬਟ ਮੈਨੂੰ ਪਤਾ ਹੈ ਮੇਰੀ ਫੇਵਰਿਟ ਫਿਲਮ ਕਦੇ ਚੇਂਜ ਨਹੀਂ ਹੋਈ ਅੱਛਾ ਓਕੇ ਜਗ ਅੱਛਾ ਜਗਦੀਪ ਲਿਖ ਰਹੇ ਨੇ ਟਿਕ ਟਿਕ ਲਿਖਤੀ ਆ ਤਿੰਨ ਚਾਰ ਨਹੀਂ ਬਸ ਇੱਕੋ ਅੰਗਰੇ ਲਵ ਪੰਜਾਬ ਐਮੀ ਨੇ ਬਿਲਕੁਲ ਸਹੀ ਜਵਾਬ ਦਿੱਤਾ ਹੈ ਆਪਣਾ ਓਕੇ कोई पीण वाली चीज कोई खाण वाली चीज नहीं पसंद लगती खाने मैं पता है नहीं पता पर मैं पता लिखो ले ओने नहीं पता ਤਾਂ ਉਹ ਤਾਂ ਦੱਸ ਦੇ ਪਰ ਚਲੋ ਉਹ ਜੀ ਦੱਸ ਦੋ ਦੱਸੋ ਤਾਂ ਸਹੀ ਮਤਲਬ ਇਹਨੂੰ ਉਹ ਮਟਨ ਨਹੀਂ ਪਸੰਦ ਹਾਂ ਉਹ ਸਹੀ ਗੱਲ ਪਸੰਦ ਨਹੀਂ ਕਰਦਾ ਤੁਸੀਂ ਬੋਲ ਨਹੀਂ ਰਹੇ ਸੀ ਪਸੰਦ ਨਹੀਂ ਮੈਨੂੰ ਖਾਣਾ ਮੈਨੂੰ ਮਤਲਬ ਚਿਕਨ ਮਟਨ ਨੌਨ ਵੇਜ ਵਾਲੀਆਂ ਚੀਜ਼ਾਂ ਖਾਣ ਨੂੰ ਨਹੀਂ ਸਵਾਦ ਲੱਗਦੀਆਂ ਹਾਂ ਮਤਲਬ ਪਰ ਨੌਨ ਵੇਜ ਖਾਂਦੇ ਨਹੀਂ ਨਾ ਨੌਨ ਵੇਜ ਬੰਦਾ ਹੀ ਮਟਨ ਤਾਂ ਜਮਾ ਹੀ ਨਹੀਂ ਖਾਂਦਾ ਉਹ ਹਾਂ ਮਤਲਬ ਮੈਨੂੰ ਤੁਸੀਂ ਵੈਜੀਟੇਰੀਅਨ ਹੋ ਮੈਂ ਮੋਕਟੇਰੀਅਨ ਆ ਬੇਸਿਕਲੀ ਜੇ ਨਾ ਹੋਵੇ ਵੈਜ ਫਿਰ ਮੈਂ ਨੌਨ ਵੇਜ ਵੀ ਖਾ ਲੈਣਾ ਖਾ ਲੈਣਾ ਯੈਸ ਐਡਜਸਟ ਕਰ ਲੈਣਾ ਐਡਜਸਟ ਕਰ ਲੈਣਾ ਓਕੇ ਐਮੀ ਤੁਹਾਡਾ ਤੇ ਕੋਈ ਹੋਏਗਾ ਫੇਵਰਿਟ ਕਲਰ ਲਿਖੋ ਯੈਸ दिखाओ जी दिखाओ ले स्काई ब्लू ब्लैक ब्लैक ये तो क्यों लगा भी ब्लैक है
ਬਦਲਦੀ ਜੱਗੀ ਨੇ ਮਿਲਾ ਲਈ ਦੋ ਲਿਖਤੀਆਂ ਮੈਂ ਵੀ ਫਿਰ ਜੇ ਨਹੀਂ ਨਹੀਂ ਯਾਰ ਕੀ ਲਿਖਿਆ ਤੂੰ ਸਾਡਾ ਤਾਂ ਸੇਮ ਹੈ ਦੋਨੇ ਤਾਂ ਸੇਮ ਔਰ ਜੀਤਾ ਹਾਂ ਮੈਨੂੰ ਲੱਗ ਹੀ ਰਿਹਾ ਪਰ ਤੁਸੀਂ ਚੀਟ ਕੀਤਾ ਬਿਕਾਜ਼ ਸੇਮ ਆਪਸ਼ਨਸ ਮੈਂ ਦੱਸਦਾ ਕੀ ਹੋਇਆ ਆ ਦੋ ਬਿਲਕੁਲ ਸਹੀ ਨੇ ਦੋਨੇ ਵਾ ਦੋਨੇ ਲਿਖਣ ਲੱਗਿਆ ਸੀਗਾ ਜੇ ਦੋ ਲੇਦਾ ਮੈਂ ਜੈਨੂਅਲੀ ਓਕੇ ਐਮੀ ਓਕੇ ਕੋਈ ਨਾ ਹੁਣ ਅਸੀਂ ਜਗਦੀਪ ਹੁਣ ਅਸੀਂ ਜਗਦੀਪ ਦਾ ਹਲ ਚੱਲਦੇ ਹਾਂ ਜਗਦੀਪ ਲਈ ਆ ਜਾਓ ਹਾਂਜੀ ਓਕੇ ਜਗਦੀਪ ਦੀ ਉਹਨਾਂ ਦੀ ਫੇਵਰਿਟ ਫਿਲਮ ਮੇਰੀ ਫੇਵਰਿਟ ਫਿਲਮ ਜੱਗੀ ਦੀ ਲਿਖੀ ਹੋਈ ਜੀ ਉਹਨਾਂ ਨੇ ਡਾਇਰੈਕਟ ਕੀਤੀ ਹੋਈ ਲਿਖੀ ਹੋਈ ਜਿਹਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਸਾਊਂਡ ਸੁਣ ਰਿਹਾ ਕਿ ਟਿਕ 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 ਨਹੀਂ ਹੈ ਹਰ ਫਿਲਮ ਮੇਰੀ ਹੁੰਦੀ ਹੈ ਉਹਨੇ ਕੀ ਅੱਖਰ ਨੇ ਜੱਗੀ ਦੇ ਯਾਰ ਸੁੱਕੀ ਬਿੰਦੀ ਇੰਨਾ ਲੰਮਾ ਤਾਂ ਲਿਖਣੀ ਉਹ ਕਿੰਨੀ ਚੀਜ਼ ਮੈਂ ਤਾਂ ਦੋ ਫਿਲਮਾਂ ਚੋਂ ਕਨਫਿਊਜ਼ ਹਾਂ ਦੱਸ ਰਹੀ ਹਾਂ ਮੈਂ ਚਲੋ ਦੋਨੋਂ ਲਿਖ ਦੇ ਮੈਨੂੰ ਕਿਹੜਾ ਤੂੰ ਦੇਖ ਰਿਹਾ ਹੈ ਨਹੀਂ ਉਹਨੂੰ ਦੱਸ ਰਹੀ ਹੈ ਕਿ ਇੰਨਾ ਇੰਨਾ ਲਿਖਿਆ ਮੈਂ ਕਿਸਮਤ ਇੱਕ ਮਿੰਟ ਰੁਕ ਤੈਨੂੰ ਕਿਹਦੇ ਕੰਮ ਹੈ ਸੁਪਨਾ ਪੰਜ ਅੱਖਰ ਦੇਖ ਹਰ ਗਈ ਹਰ ਗਈ ਤੂੰ ਨਹੀਂ 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 ਜਗਦੀਪ ਨਹੀਂ ਦੇਖਉਂਦਾ ਮੈਂ ਫਿਲਮਾਂ ਹੀ ਵੇਖਾਂ ਕਿਹੜੀਆਂ ਕਿਹੜੀਆਂ ਕਰੀਆਂ ਨੇ ਨੇ ਚਾਰ ਪੰਜ ਚਾਰ ਤਾਂ ਹੈਗੀਆਂ ਡਾਇਰੈਕਸ਼ਨ ਵਾਲੀਆਂ ਛੜਾ ਕਿਸਮਤ ਦੇਖ ਕਿਸਮਤ 2 ਕਿਸਮਤ 2 ਉਹ ਯਾਰ ਹਾਂ ਅਰੇ ਲੈ ਤੂੰ ਆ ਵੀ ਕਿਵੇਂ ਜੇਨ ਕਰਦਾ ਤਾ ਹੁਣ ਨੋ ਨੋ ਮੈਂ ਕਰੂੰਗਾ ਜਿਹੜੇ ਤੈਨੂੰ ਯਾਦ ਹੀ ਨਹੀਂ ਮਿਲ ਕਿਵੇਂ ਜੇਨ ਕਰੂੰਗਾ ਇਹ ਕੀ ਤੁਸੀਂ ਆਨਸਰ ਬਦਲਦਾ ਹੈ ਹਾਂ ਨਹੀਂ ਨਹੀਂ ਬਦਲਿਆ ਨਹੀਂ ਕਾ ਐਮੀ ਮੈਂ ਦੋ ਲਿਖਤੀਆਂ ਇਹਨਾਂ ਨੇ ਵੀ ਦੋ ਲਿਖੀਆਂ ਹਾਂ ਹੁਣ ਮੈਂ ਤਿੰਨ ਲਿਖੂੰਗੀ ਤਾਂ ਇੰਨੀਆਂ ਫਿਲਮਾਂ ਹੀ ਨਹੀਂ ਕਿੰਨੀਆਂ ਲਿਖਤੀਆਂ ਦੋ ਦੋ ਕਿਉਂ ਓਏ ਇੱਕ ਕਰਦੇ ਇੱਕ ਕਰਦੇ ਤੁਸੀਂ ਦੋਨੇ ਹੱਥ ਮੈਂ ਵੀ ਐ ਮੈਨੂੰ ਵੀ ਆਹੀ ਲੱਗਿਆ ਜੀ ਅੱਛਾ ਨਵੀਂ ਪਾਤੀ ਆਉਦੀ ਪ੍ਰੋਮੋਸ਼ਨ ਆਹਾ ਬਟ ਦੇ ਆਗੇ ਜਨਰਲੀ ਵੱਡੀ ਫਿਲਮ ਹੈ ਜਨਰਲੀ ਵਧੀਆ ਫਿਲਮ ਪਰ ਤਿੰਨਾਂ ਦਾ ਸਾਂਸਰ ਸੁਣਾਈ ਨਹੀਂ ਆਇਆ ਵੈਰੀ ਗੁੱਡ ਆਨਸਰ ਜਗਦੀਪ ਇੱਕ ਸਾਊਥ ਦੀ ਫਿਲਮ ਹੈ ਉਹਦਾ ਰੀਮੇਕ ਬਣਾਉਣਾ ਚਾਹੁੰਦੇ ਨੇ ਪੰਜਾਬੀ ਚ ਵਿਚ ਇਜ਼ ਦੈਟ ਫਿਲਮ ਬਣਾਉਣਾ ਚਾਹੁੰਦੇ ਨੇ ਕਿ ਬਣਾ ਚੁੱਕੇ ਨੇ ਨਹੀਂ ਨਹੀਂ ਬਣਾਉਣਾ ਚਾਹੁੰਦੇ ਨੇ ਮੈਨੂੰ ਉਹਦਾ ਮੈਨੂੰ ਦੋਵਾਂ ਦਾ ਨਾਮ ਪਤਾ ਹੈ ਤਾਮਿਲ ਫਿਲਮ ਦਾ ਨਾਮ ਦੋ ਫਿਲਮ ਹੈ ਦੋ ਅੱਛਾ ਦੋ ਨਹੀਂ ਮੈਨੂੰ ਪਤਾ ਇੱਕ ਤਾਂ ਉਹ ਆਰ ਸਮਥਿੰਗ ਜਿਹਦੇ ਚ ਉਹ ਵੀ ਆ ਤੇ ਇੱਕ ਹੋਰ ਇਹ ਤੇ ਇਹਦੇ ਅੱਗੇ ਕੁਝ ਸੀਗਾ ਉਹ ਯਾਰ ਉਹਦਾ ਨਾਮ ਨਾਮ ਤੇ ਦੱਸ ਦੋ ਮੇਰੇ ਨਾਮ ਨਹੀਂ ਯਾਦ ਆ ਰਿਹਾ ਫਿਲਮ ਦਾ ਜਿਹੜੀ ਕਬੀਰ ਸਿੰਘ ਬਣੀ ਰੀਮੇਕ ਇਹ ਤਾਂ ਸ਼ੁਰੂ ਹੁੰਦਾ ਉਹਦਾ ਨਾਮ ਅੱਛਾ ਮਹਾਭਾਰਤ ਦਾ ਇੱਕ ਕੈਰੈਕਟਰ ਹੈ ਉਹਦਾ ਫਰਸਟ ਓਏ ਆ ਤਾਂ ਹਟਾ ਆ ਵਾਲਾ ਤਾਂ ਨਹੀਂ ਹੋ ਸਕਦਾ ਹਾਂ ਕਿਉਂ ਨਹੀਂ ਚੱਲ ਆਪਾਂ ਕਬੀਰ ਸਿੰਘ ਦੇਖਦੇ ਨੇ ਜਦੋਂ ਹੈ ਕਬੀਰ ਸਿੰਘ ਤਾਂ ਇੱਧਰ ਵੀ ਹੈ ਸਾਊਥ ਦੀ ਫਿਲਮ ਥੋੜੀ ਕਬੀਰ ਸਿੰਘ ਦਾ ਤਾਮਿਲ ਵਰਜ਼ਨ ਹਾਂ ਦੇਖ ਲੈ ਮਹਾਭਾਰਤ ਦਾ ਕੈਰੈਕਟਰ ਹੋਵੇ ਹੁਣ ਦੱਸਤਾ ਕੀ ਲਿਖਿਆ ਅਰਜੁਨ ਅੱਗੇ ਰੈਡੀ ਯਾਰ ਅਰਜੁਨ ਰੈਡੀ ਤੇ ਪ੍ਰੇਮਮ 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 ਸੋ ਗੇਮ ਓਵਰ ਹੋ ਗਈ ਹੈ ਸੋ ਯੂ ਗਾਇਸ ਪਲੇਡ ਸੁਪਰਬਲੀ ਵੈਲ ਹੁਣ ਇਹ ਦੱਸੋ ਤੁਹਾਡੇ ਤਿੰਨਾਂ ਚੋਂ ਹੈਂਪਰ ਕਿਹਨੂੰ ਦਿੱਤਾ ਜਾਏ ਸਰਗੁਣ ਦਾ ਪਲੀਜ਼ ਹੈਂਪਰ ਲਿਆਉਂਦਾ ਜਾਏ ਜਲਦੀ ਜਲਦੀ ਆਲਰਾਈਟ ਗਾਈਜ਼ ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਕਿ ਕਿਸਮਤ 2 ਸਭ ਨੂੰ ਬਹੁਤ ਬਹੁਤ ਪਸੰਦ ਆਏ ਰਵਾਏ ਹਸਾਏ ਔਰ ਇੱਕ ਵਾਰ ਫਿਰ ਤੋਂ ਪਿਆਰ ਦਾ ਅਹਿਸਾਸ ਜਗਾਏ ਐਂਡ ਆਲ ਦਾ ਵੈਰੀ ਬੈਸਟ ਫੋਰ ਦਾ ਫਿਲਮ ਐਂਡ ਜਾਂਦੇ ਜਾਂਦੇ ਤੁਸੀਂ ਆਡੀਅੰਸ ਨੂੰ ਜੇ ਕੁਝ ਕਹਿਣਾ ਚਾਹੋ ਤਾਂ ਜਲਦੀ ਜਲਦੀ ਕਹਿ ਦਿਉ ਕਿਸਮਤ ਸਾਡੇ ਤਿੰਨਾਂ ਦੇ ਦਿਲ ਦੇ ਬਹੁਤ ਨੇੜੇ ਆ ਸਾਡੀ ਤਿੰਨਾਂ ਦੀ ਲਾਈਫ ਅਲੱਗ ਅਲੱਗ ਤਰੀਕੇ ਨਾਲ ਚੇਂਜ ਕੀਤੀ ਜਗਦੀਪ ਸਿੱਧੂ ਨੂੰ ਤਾਂ ਡਾਇਰੈਕਟਰ ਹੀ ਬਣਾ ਦਿੱਤਾ ਉਸ ਫਿਲਮ ਨੇ ਅਤੇ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਵੀ ਨੇ ਹੈ ਨਾ ਅਤੇ ਉਹ ਸਾਨੂੰ ਮਿਲਦੇ ਆ ਅੱਜ ਏਅਰਪੋਰਟਸ 'ਤੇ ਬਾਹਰ ਅਤੇ ਕਹਿੰਦੇ ਕਿ ਉਹਨਾਂ ਨੇ ਕਿਸਮਤ ਦੇਖੀ ਅਤੇ ਬਹੁਤ ਇੰਜੋਏ ਕੀਤੀ ਅਤੇ ਲੋਕਡਾਊਨ 'ਚ ਤਾਂ ਹੋਰ ਵੀ ਲੋਕਾਂ ਨੇ ਨੈੱਟਫਲਿਕਸ 'ਤੇ ਦੇਖੀ ਸੋ ਵੀ ਆਰ ਰੀਅਲੀ ਲੁਕਿੰਗ ਫੋਰਵਰਡ ਕਿ ਇੱਕ ਵਾਰ ਫਿਰ ਸਾਰੇ ਲੋਕ ਸਾਡੇ ਨਾਲ ਜੁੜਨਗੇ
है ना, एंड भी टेस्ट करेंगे कि पंजाबी सिनेमा एक्चुअली आ भी हो सकता है. सो सी ऑन द थिएटर्स 23rd of September, किस्मत 2.